हाँ जी, गुड मॉर्निंग सारिया नू। अज दा ब्लॉग मेरे बर्थडे ते आ रहा, तुसी अगे बने रहो। तुहानू अजे बहुत इंटरेस्टिंग इंटरेस्टिंग चीजा देखण नू मिलणगीआं। हाँ, केक भी मिलू देखण नू, केक नू मिलूगा देखण नू, होर भी कुछ मिलूगा। तुहानू बस जुड़े रहो, ऐ बस नाल जुड़े रहो। ते हो करते तैयारी? हाँ, शाम नू कटांगे केक। केक नी जिहड़ा कल करन लगे तू, की रंग? हाँ हाँ, देख जी। चल ਕਹਿੰਦੇ ਆ ਗਿਆ ਮੁੰਡਾ ਬਰਥਡੇ ਵਾਲਾ। ਹੈਪੀ ਬਰਥਡੇ ਜਸਪ੍ਰੀਤ। ਥੈਂਕ ਯੂ ਥੈਂਕ ਯੂ ਤੁਹਾਨੂੰ ਨਹੀਂ ਪਾਰਟੀ ਦੇ ਲੱਲੂ ਦਾ ਬਰਥਡੇ ਆ, ਪਾਰਟੀ ਲੈਣੀ ਆ ਤੋ ਆਪਾਂ। ਆਹੋ ਮੈਂ ਕਿਹਾ ਆ ਇਹਨੂੰ। ਹਾਂ ਮੈਂ ਕਿਹਾ ਪਾਰਟੀ ਲੱਗੂ ਅੱਜ, ਪਾਰਟੀ ਦੇ, ਪਾਰਟੀ ਵੀ ਸਭ ਨੂੰ। ਕੀ ਖਾਣਾ ਫਿਰ? ਹੈ ਉਹਨੇ ਦੱਸਿਆ ਹੈ ਉਹਨੇ ਤਾਂ ਮੁਰਗਾ ਖਾਣਾ ਤੇ ਪੈਗ ਜ਼ਿਆਦਾ ਚਾਹੀਦਾ ਥੋੜਾ ਜਿਹਾ। ਉਹ ਨਹੀਂ ਫੜਾ ਦਿੰਦਾ ਬੋਤਲ। A few moments later. ਤੇ ਮੇਰੇ ਕੋਲ ਹੁਣ ਜਸਪ੍ਰੀਤ ਆਇਆ ਸੀ। ਇਹ ਕਹਿੰਦਾ ਵੀ ਹੁਣ ਰਾੜਾ ਸਾਹਿਬ ਚੱਲੀ ਆਪਾਂ, ਨਾਲੇ ਕਹਿੰਦਾ ਮੈਂ ਵੀ ਤੇਰਾ ਅੱਜ ਮੱਥਾ ਟੇਕ ਆਉਣਾ, ਗੁਰਦੁਆਰਾ ਸਾਹਿਬ ਜਾ ਕੇ ਆਉਣਾ ਕਹਿੰਦਾ ਮੇਰਾ ਜਨਮ ਦਿਨ ਅੱਜ, ਤੇ ਬਾਕੀ ਸਮਾਨ ਸਮੂਨ ਲੈ ਕੇ ਆਉਣਾ ਸੀ ਖਾਣ ਪੀਣ ਦਾ ਜਨਮ ਦਿਨ ਦਾ। ਬਾਕੀ ਬਹੁਤ ਲੋਕ ਆਉਣ ਲੱਗ ਗਏ, ਟੈਂਟ ਟੂੰਟ ਲਾਇਆ ਸਾਡਾ ਉੱਥੇ, ਸਾਰੇ ਨਾ ਉੱਥੇ ਪਹੁੰਚਿਓ ਤੇ ਸਾਰੇ ਨਾ ਉੱਥੇ ਪਹੁੰਚੋ, ਠੀਕ ਆ। ਗਰਮੀ ਬਹੁਤ ਆ, ਏ ਸੀ ਉਸੀ ਦਾ ਪੂਰਾ ਪ੍ਰਬੰਧ ਆ, ਠੀਕ ਆ, ਕੋਈ ਟੈਂਸ਼ਨ ਨਹੀਂ। ਕੂਲਰ ਕੂਲਰ ਪੂਰੇ ਲੱਗੇ ਹੋਏ ਨੇ, ਇੱਕ ਬੰਦੇ ਨੇ ਇੱਕ ਕੂਲਰ ਲੱਗੂ, ਕੋਈ ਟੈਨਸ਼ਨ ਨਹੀਂ ਹੈ ਸਰੀ ਦਾ। ਬਸ ਜਸਪ੍ਰੀਤ ਯਾਰ ਮੀਂਹ ਪਾਉਂਦੇ ਅੱਜ ਯਾਰ, ਹੈਂ ਅੱਗੇ ਦਾ ਜਸਪ੍ਰੀਤ ਕਹਿੰਦਾ ਮੇਰੇ ਹਰੇਕ ਬਰਥਡੇ 'ਤੇ ਮੀਂਹ ਪੈਂਦਾ ਹੁੰਦਾ, ਕਹਿੰਦਾ ਐਤ ਹੀ ਨਹੀਂ ਪਿਆ ਆਪਣੀ ਕਾਹ ਤੋਂ, ਐਤ ਤਾਂ ਬਾਹਲੀ ਗਰਮੀ ਆ ਵਿਚਾਰੇ ਦੇ ਜਨਮਦਿਨ 'ਤੇ। ਅਤੇ ਅਸੀਂ ਹੁਣ ਬਸ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੇ ਹਾਂ। ਬਹੁਤ ਬਹੁਤ ਗਰਮੀ ਗਰਮੀ ਪੀ ਜਾਂਦਾ ਮੁੰਡੇ ਨੂੰ, ਦੇਖ ਸਕਦੇ ਹੋ, ਦੇਖ ਸਕ ਰਹੇ ਹੋ, ਪਸੀਨੇ ਪਸੀਨਾ ਹੋਇਆ ਪਿਆ, ਪਸੀਨੋ ਪਸੀਨ। ਬਸ ਹੁਣ ਜਾ ਰਹੇ ਹਾਂ ਅਸੀਂ ਰਾੜਾ ਸਾਹਿਬ, ਤੁਹਾਨੂੰ ਰਸਤੇ 'ਚ ਮਿਲਾਂਗੇ। ਹਾਂ ਰਸਤੇ 'ਚ ਹੁਣ ਦਿਖਾਵਾਂਗੇ ਅਸੀਂ ਕੀ ਖਰੀਦਿਆ। ਹੁਣ ਅਸੀਂ ਜਾ ਰਹੇ ਹਾਂ ਰਾੜਾ ਸਾਹਿਬ, ਤੁਹਾਨੂੰ ਦਿਖਾਉਂਦੇ ਹਾਂ ਅੱਗੇ ਕੀ ਤੁਹਾਨੂੰ ਕੇਕ ਵੀ ਦਿਖਾਵਾਂਗੇ ਅਸੀਂ ਕਿਹੜਾ ਲੈਣਾ। ਪਿੱਛੇ ਦੋ ਬੰਦੇ, ਇੱਕ ਬੰਦਾ ਹੋਰ ਆ ਆ ਰਿਹਾ ਸਾਡੇ ਡਰਾਈਵਰ ਸਾਹਿਬ, ਤੁਹਾਨੂੰ ਦਿਖਾਉਂਦੇ ਹਾਂ ਅੱਗੇ ਸੀਨ ਅੱਗੇ ਦਾ ਸੀਨ। ਆ ਦੇਖੋ ਥੋੜ੍ਹਾ ਜਿਹਾ ਕੈਮਰੇ 'ਚ ਸਾਡਾ ਮੇਰਾ ਅੰਗੂਠਾ ਆਇਆ ਸੀਗਾ, ਥੋੜ੍ਹਾ ਜਿਹਾ ਹੋ ਜਾਈਏ ਸੋਰੀ। ਅਤੇ ਅਸੀਂ ਹੁਣ ਰਾੜਾ ਸਾਹਿਬ ਆ ਗਏ ਸੀ, ਅਤੇ ਡੱਬਾ ਲੈ ਲਿਆ ਸੀ ਲੱਡੂਆਂ ਦਾ, ਅਤੇ ਹੁਣ ਅਸੀਂ ਮੱਥਾ ਟੇਕ ਕੇ ਆਵਾਂਗੇ। ਅਤੇ ਹਾਂਜੀ ਹੁਣ ਅਸੀਂ ਕੇਕ ਲੈਣ ਆ ਗਏ ਸੀ, ਹੈਂ ਉਹ ਬੰਦਾ, ਉਹ ਬੰਦਾ ਹੱਥ ਲੁਕਦਾ। ਬਸ ਕਰ, ਬਹੁਤ ਸੋਹਣਾ ਲੱਗਦਾ। ਤੇ ਬਸ ਫਿਰ ਅਸੀਂ ਕੇਕ ਲੈ ਰਹੇ ਹਾਂ, ਤੇ ਦੇਰੇ ਵੀਰੇ ਕੇ ਫਿਰ ਕੇਕ ਦੇਰੇ ਕਿਲੋ ਵਾਲਾ ਕਿਹੜਾ ਲੈਣਾ ਫਿਰ? ਕਹਿੰਦਾ ਆਪ ਸਮਝ ਤੇ ਲੱਗੂ ਚੋਕਲੇਟ ਵਾਲਾ, ਹੈ ਨਾ। ਕੇਕ ਹੀ ਕੇਕ ਕਰਦਾ ਜਸਪ੍ਰੀਤ, ਦੱਸ ਦੇ ਕਿਹੜਾ ਲੈਣਾ ਫਿਰ। ਕਿਹੜਾ ਲੈਣਾ ਤੇ ਕਰਦੇ ਵੀਰੇ ਹੱਲ। ਸਾਦੇ ਫਿਰ ਹੋਰ ਨਾ ਫੇਰ ਨਾ ਕਹੀ ਓ ਓਕੇ ਤੇ ਅਸੀਂ ਹੁਣ ਸਮਾਨ ਖਰੀਦ ਲਿਆ ਦੇਖੋ। ਖੁਸ਼ ਹਾਂ ਫਿਰ ਪੂਰਾ ਵੇ? ਹਾਂ ਫਿਰ ਹੋਰ ਕੁਛ ਲੈਣਾ? ਜਸਪ੍ਰੀਤ ਦੇ ਬਰਥਡੇ ਦੇ ਫੁੱਲ ਤਿਆਰੀਆਂ ਚੱਲਦੀਆਂ ਨੇ, ਹੈ ਨਾ। ਆ ਪਿਆ ਸਮਾਨ ਪੱਤਾ ਤੇ ਉਹ ਦੇ, ਬਸ ਪੂਰਾ ਸਮਾਨ ਚੱਲਦਾ ਵਾ, ਘਰ ਨੂੰ ਲੈ ਜਾਣਾ ਠੀਕ ਆ ਆਪਾਂ ਜੀ, ਠੀਕ ਆ। ਤੇ ਪੂਰੇ ਪਕੌੜੇ ਪਕੌੜੇ ਤਿਆਰ ਹੁੰਦੇ ਨੇ, ਅਤੇ ਉਹਦੇ ਸਮੋਸੇ ਤਿਆਰ ਹੁੰਦੇ ਨੇ, ਅਤੇ ਬਸ ਫਿਰ ਆਪਾਂ ਲੈ ਕੇ ਜਾਵਾਂਗੇ, ਹੈ ਨਾ। ਠੀਕ ਆ ਭਾਈ, ਪਤਾ ਕਿੰਨੇ ਦਾ ਸੀ? ਕਿੰਨੇ ਦਾ? 10,000 ਲੈ ਕੇ ਆਏ ਹਾਂ। ਇਹ ਕਿੰਨੇ ਦੇ ਬੰਦਿਆਂ ਦਾ ਹੋਊਗਾ? ਕੀ ਲੈਣਾ ਇੱਥੋਂ ਫਿਰ? ਹੈਂ अरे कहना क्या चाहते हो?
ਜਸਪ੍ਰੀਤ ਥੱਕ ਗਏ ਹੋ ਤੇ ਤਾਂ ਕਿੰਨਾ ਕੁਛ ਕਰਨਾ ਆਪਾਂ ਹੈ ਹੈ ਬਾਈ ਉਹ ਵੀ ਕਰ ਦੇਵੇ ਖੰਡ ਪਾ ਉਹਦਾ ਬਾਲਾ ਕਹਿਣ ਕਰਦਾ ਹੁੰਦਾ ਉਹ ਬੰਦੇ ਨੇ ਚੜਾਈ ਕਰ ਲਈ ਦੇਖ ਲੈ ਵੀਰੇ ਗਾਣੇ ਗੁਣੇ ਵੀ ਆ ਗਿਆ ਫੜ ਲੈ ਉਹ ਤੂੰ ਤਾਂ ਪਹਿਲਾਂ ਟੁੱਟ ਕੇ ਪੈ ਗਿਆ ਓਏ ਮੇਰੇ ਆਈ ਦਿੱਖੀ ਕਰਨ ਵਾਲੀ ਤਾਂ ਆਵੇਂ ਸਿੱਧਾ ਇੱਥੇ ਝੂਰਦੀ ਜੀ ਕਿੱਧਰ ਦਾ ਫਲ ਲੱਗ ਕਿੰਨੇ ਦਾ ਹੋ ਗਿਆ ਤੂੰ ਤਾਂ ਖਾਈ ਫਿਰ चलो ठीक है फिर अपने कटा केक है ना ठीक है भाई तो हाँ जी हम अस घर आ गए से केक कूक ले आए असी केक ले आए बहुत कुछ लैके आए खाने वास्ते क्योंकि साढ़े जसप्रीत बीरे का जन्मदिन से अज तो बहुत कुछ लैके आए खाने तो गर्मी करके असी क्या सोचा भी केक हाथ नहीं कटा तो उदे गर्मी थोड़ी घट जू तो बाकी प्रबंध पूरे वधिया ने पूरा पिछे काम चलता पूरे डीजे डूजे चलते हैं हम आवाज बच्चे सुनती हूँ माड़ी माड़ी वो डीजे नहीं सुनती है तो काम चलता पूरा वधिया तो खाण पीन का कोई है नहीं है पूरा वधिया तो बस बस केक वाजू कटा असं हथ ने सोचा क्योंकि फिर उदो है ना कट भी वाधू थोड़ा जो बंदे हौली हौली आ रहे हैं तार के है ना Six hours later. ਜਸਪ੍ਰੀਤ ਦਾ ਕੇਕ ਤਿਆਰ ਆ ਤੇ ਜਸਪ੍ਰੀਤ ਬੈਠਾ ਰੇ ਉਹ ਭੁੱਖੜ ਓਏ ਓਏ ਫਾਈਲ ਪਹਿਲਾਂ ਤੋਂ ਕੋਈ ਨਾ ਆਪਾਂ ਜਾਣਾ ਵੀ ਹੈ ਪਿੱਛੇ ਠੀਕ ਆ ਬੰਦੇ ਸੱਦਾ ਹੀ ਆਪਣੂੰ ਕੋਈ ਪ੍ਰੋਗਰਾਮ ਚੱਲਦਾ ਪਿੱਛੇ ਜਿਹੜਾ ਆਪਣਾ ਉਹ ਹਾਂ ਡੀਜੇ ਲੱਗੇ ਹੋਏ ਆ ਉਹ ਕਹਿੰਦੇ ਸਮਾਨ ਘਟ ਗਿਆ ਯਾਰ ਹਾਂ ਚੱਲ ਨਵਾਂ ਲੈ ਕੇ ਆਈ ਕੋਈ ਆਪ ਨਵਾਂ ਲਿਆ ਮੈਂ ਠੀਕ Happy birthday to you. Happy birthday to you. ਠੀਕ ਹੈ ਮੈਂ ਕੋਈ ਕਹਿੰਦੇ ਕੇਕ ਸਿਰਾ ਹੋਇਆ ਪਿਆ ਸਿੰਘਾ ਇਹ ਡੱਬੀ ਲਿਆਓ ਅੱਛਾ ਫੇਰ ਫੇਰ ਮੋਮਬੱਤੀਆਂ ਲਾਓ ਤੇਰੇ ਬੂਥੇ ਲਗਵਾਓ Happy birthday to you. Happy birthday to you. Jasprit Happy birthday to you. चकला चक दे चक दे ओए आ भी खा गया तू सानू खिलाना सी चॉकलेट जसप्रीत तेरा नहीं लगता है पैकिंग है ना तेन जेबती है ना देख लगे तो हो कन फिट वाली ਇੱਧਰ ਦਾ ਖਬਰ ਫਿਰ ਉੱਤੇ ਚੜ ਜਾ ਕੀ ਪਾਉਣਾ ਇੱਧਰ ਇੱਕ ਗਲਾਸ ਮੇਰਾ ਹੈ A few moments later. ਜੀ ਤੁਸੀਂ ਦੇਖਿਆ ਉਹ ਵੀ ਸੀ ਕੇਕ ਨੂੰ ਕੱਟਿਆ ਤੇ ਅਸੀਂ ਪੂਰਾ ਇੰਜੋਏ ਕੀਤਾ ਤੇ ਜਸਪ੍ਰੀਤ ਦੇ ਬਰਥਡੇ ਤੇ ਤੇ ਆ ਜਸਪ੍ਰੀਤ ਨੂੰ ਗਿਫਟ ਕੀਤਾ ਦੇਖੋ ਮੂਸੇ ਵਾਲੀ ਸ਼ਰਟ ਵਧੀਆ ਨਾ ਜਸਪ੍ਰੀਤ ਵਧੀਆ ਜਾ ਚਲ ਫਿਰ ਉਹਦਾ ਮਾਰ ਕੇ ਖਾਦੀ ਐਕਸ਼ਨ ਦੂਜਾ ਕਿਹੜਾ ਸਿੱਧੂ ਮੂਸੇ ਵਾਲਾ ਤੇ ਅਸੀਂ ਜਸਪ੍ਰੀਤ ਦਾ ਬਰਥਡੇ ਫੁੱਲ ਇੰਜੋਏ ਕੀਤਾ ਤੇ ਅਸੀਂ ਹੁਣ ਮੋਟਰ ਤੇ ਚੱਲੇ ਸੀ
ਮਾੜਾ ਜਿਹਾ ਕੰਮ ਕਰਨਾ ਤੇ ਹੁਣ ਅਸੀਂ ਜਨਰੇਟਰ ਕੱਢਣ ਲੱਗੇ ਹਾਂ ਤੇ ਬਸ ਪਨੀਰੀ 'ਚ ਪਾਣੀ ਪਾਉਣਾ ਥੋੜ੍ਹਾ ਜਿਹਾ ਮਸਾਂ ਭਈ ਆਏ ਨੇ ਤੇ ਫਿਰ ਅਸੀਂ ਹੁਣ ਲੱਗੇ ਹਾਂ ਪਨੀਰੀ ਪਾਣੀ ਪਾਉਣ ਲੱਗੇ ਆਪਾਂ ਫੋਨ ਫੜੋ ਜੀ ਰੋਕੀ ਨਹੀਂ ਚੱਪ ਹੁੰਦਾ ਕਿੱਥੋਂ ਫੜਾਂ ਮੈਂ जगाड़ कर शक्तिशाली ਤੇ ਹਾਂਜੀ ਹੁਣ ਅਸੀਂ ਮੋਟਰ ਤੇ ਚੱਲੇ ਸੀ ਤੇ ਚੱਲੀਏ ਫਿਰ ਜਸਪ੍ਰੀਤ ਮੋਟਰ ਤੇ ਚੱਲ ਤੇ ਹਾਂਜੀ ਹੁਣ ਮੋਟਰ ਤੇ ਜਾ ਕੇ ਮਿਲਦੇ ਆਂ ਅਸੀਂ ਆ ਗਿਆ ਰੋਕੀ ਆ ਗਿਆ ਆਹ ਲਾ ਚੁੱਪ ਨਹੀਂ ਹੁੰਦਾ ਬੰਦਾ ਇਹ ਨਹੀਂ ਚੁੱਪ ਕਰਦਾ ਤੇ ਹੁਣ ਅਸੀਂ ਮੋਟਰ ਤੇ ਜਾ ਕੇ ਮਿਲਦੇ ਆਂ ਠੀਕ ਹੈ ਤੇ ਹਾਂਜੀ ਹੁਣ ਅਸੀਂ ਮੋਟਰ ਤੇ ਪਹੁੰਚ ਗਏ ਮੋਟਰ ਜਮੇ ਘਰ ਦੇ ਕੋਲੇ ਸੀ ਉਹ ਘਰ ਆ ਤੇ ਆ ਮੋਟਰ ਆ ਤੇ ਆ ਜਸਪ੍ਰੀਤ ਦਾ ਬਰਥਡੇ ਸੀ ਤਾਂ ਕਰਕੇ ਲਾਈਟ ਭੱਜ ਗਈ ਇੱਥੇ ਤੇ ਉਹ ਦੇ ਲੋਕ ਆ ਰਹੇ ਨੇ ਪਾਰਟੀ ਲੈਣ ਲਈ ਤੇ ਤਾਂ ਕਰਕੇ ਜਨਰੇਟਰ ਲਾਇਆ ਸੀ ਅਸੀਂ ਆ ਵੀ ਆਇਆ ਬੰਦਾ ਜਸਪ੍ਰੀਤ ਤੇਲ ਚੋਲ ਲਾਉਣ ਦਾ ਤੇਲ ਕਹਿੰਦੇ ਮਸਾਂ ਹੀ ਬੰਦੇ ਆਏ ਨੇ ਮਸਾਂ ਹੀ ਚੋਲ ਲਾਉਣ ਕਿੰਨੇ ਚਿਰਾਂ ਬਾਅਦ ਆਏ ਨੇ ਮੈਂ ਸਾਰਾ ਕੱਦੂ ਕੀਤਾ ਪਿਆ ਸੀ ਅੱਜ ਆਏ ਨੇ ਬੰਦੇ आप तो बहुत जल्दी आ गए मसा ही आया हो यार आप तो आ गए बंदे तेरे लोग का वीडियो बना रहा है आप आते नहीं कितने टाइम हो गया आपने आए नहीं गए यहाँ पे ओ कद्दू करना कद्दू चावल लाने वास्ते कितना टाइम ला दिया आपने हम तो वेट करते रहे आपकी तुर के आना पर है रिएक्टर लेके गया नहीं हाँ पानी तो पहुंच गया आगे भी आगे बंदे लागे पटन ठीक है बहुत ही मेहनत कर ही आए ने एक तरह के और हम पूरा चा चढ़ गया हम सा चौल लग जाने नहीं नहीं कहना पावे पानी हूं ਲਾਉਣਾ ਪਾਣੀ ਪਾ ਹੋਰ ਕੀ ਪਸੀਨਾ ਪਸੀਨਾ ਹੀ ਹੋ ਗਏ ਪਸੀਨੇ ਪਸੀਨੇ ਮੂਸਲ ਆਏ ਹੈ ਚੱਕ ਕੰਮ ਪੂਰਾ ਜ਼ੋਰਾਂ ਸੁਣੋ ਤੇ ਚੱਲਦਾ ਤੇ ਚਲੋ ਇੱਥੋਂ ਦਾ ਕੰਮ ਹੋ ਗਿਆ ਪਾਣੀ ਪਾਉਣਾ ਕੈਂਸਲ ਹੋ ਗਿਆ ਕਿਉਂਕਿ ਉਹ ਕਹਿੰਦੇ ਕੋਈ ਚੱਕਰ ਨਹੀਂ ਅਸੀਂ ਐਂ ਪੱਟ ਦਾਂਗੇ ਤੇ ਹੁਣ ਬਸ ਹੁਣ ਘਰ ਨੂੰ ਚੱਲੇ ਸੀ ਚਲੀਏ ਫਿਰ ਜਸਪ੍ਰੀਤ ਘਰ ਨੂੰ ਹੈ ਓਏ ਓ ਸੁਸਤੀ ਚਲੀਏ ਮੈਂ ਦੁਬਾਰਾ ਹੁਣ ਫੇਰ ਜੋ ਲੱਗਣ ਕੰਮ ਕਰਦਾ ਐਂ ਖੜਾ ਦਈ ਆਪਾਂ ਇਸ ਤਰ੍ਹਾਂ ਕਰਦਾ ਬਾੜ ਨਹੀਂ ਆ ਅੰਦਰ ਚਲ ਬਾੜ ਦਾਂਗੇ
ਤੇ ਹਾਂਜੀ ਹੁਣ ਅਸੀਂ ਮੋਟਰ ਤੇ ਚੱਲੇ ਸੀ ਜਸਪ੍ਰੀਤ ਕਹਿੰਦਾ ਗਰਮੀ ਬਹੁਤ ਆ ਕਹਿੰਦਾ ਨਹਾਏ ਹੋਣੇ ਮੋਟਰ ਤੇ ਤੇ ਸਾਡੇ ਬੰਦੇ ਤਿੰਨ ਜਾਂ ਇੱਕ ਬੰਦਾ ਨਾਲ ਨਵਾਂ ਚੱਲ ਰਿਹਾ ਇੱਕ ਤੇ ਹੁਣ ਅਸੀਂ ਮੋਟਰ ਤੇ ਜਾ ਕੇ ਉਹਨੂੰ ਦਿਖਾਉਣੇ ਆ ਕੀ ਪ੍ਰੋਗਰਾਮ ਆ ਉੱਥੇ ਸੜਦੇ ਹੁਣ ਚਲੋ ਫਿਰ ਚੱਲੀਏ ਚਲੋ ਫਿਰ ਚੱਲੀਏ प्यार करते रहो लव यू सारिया नू ते मैं आज गर्मी बहुत सी मेरा दिमाग घूमया पे मैं किसी ना कई मैं थोड़े सारिया ना अज असी मेरा बर्थडे बहुत इंजॉय किया अज गर्मी बहुत सी मैं कले कले बंदे दा फोटो नहीं खिचा पाया अज असी आपदा ब्लॉग कट गया बर्थडे तो शुरू करा आई होप तुसी ब्लॉग देख के आई होप तुसी मेरा बर्थडे बहुत ਅੱਜ ਦਾ ਜਸਪ੍ਰੀਤ ਨੇ ਇੰਨਾ ਰੀਟੇਕ ਲਿੱਤਾ ਦੁਬਾਰਾ ਦੁਬਾਰਾ ਅਸੀਂ ਇਹਨੂੰ ਸਮਝਾਇਆ ਵੀ ਕੀ ਕਹਿਣਾ ਕੱਟ ਕੱਟ ਕਹਿ ਕੇ ਕਿਹਾ ਅਤੇ ਉਹਨੂੰ ਦੇਖਣ ਦੇ ਵਿੱਚ ਮਿਲੂਗਾ ਬਲੌਗ ਦੇ ਵਿੱਚ ਇਹਨੇ ਕੀ ਕੀਤਾ ਅੱਜ ਮਸਾਂ ਅਸੀਂ ਸਿਰੇ ਚੜਿਆ ਜਿਹੜਾ ਬਲੌਗ ਜਸਪ੍ਰੀਤ ਸਰ ਘਰ ਨੂੰ ਚੱਲੇ ਨੇ ਹਾਂ ਬੋਡੀਗਾਰਡ ਦੋ ਨਾਲ ਨੇ ਚਲੋ ਜੀ ਚਲੋ ਫਿਰ ਮਿਲਦੇ ਹਾਂ ਟਾਟਾ ਬਾਏ ਬਾਏ